ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦਾ, ਪਰਮੇਸ਼ਰ ਨੇ ਸਮਾਂ ਦਿੱਤਾ ਮੈਂ ਇਸ ਜਗ੍ਹਾ 'ਤੇ ਆਇਆ। ਮੈਂ ਕੋਈ ਵਚਨ ਸਿਖਾਉਣ ਵਾਸਤੇ ਇਸ ਜਗ੍ਹਾ ਉੱਤੇ ਨਹੀਂ ਆਇਆ, ਨਾ ਮੈਂ ਪ੍ਰੀਚਿੰਗ ਵਾਸਤੇ ਆਇਆ। ਮੈਂ ਪਾਸਟਰ ਜੀ ਨੂੰ ਮਿਲਣ ਵਾਸਤੇ ਆਇਆ ਸੀਗਾ। ਇਹ ਮੇਰਾ ਛੋਟਾ ਬ੍ਰਦਰ ਆ, ਇਹ ਸਾਡੇ ਫਾਦਰ ਸਾਹਿਬ ਨੇ, ਜਿਨ੍ਹਾਂ ਨੂੰ ਮਿਲਣ ਵਾਸਤੇ ਮੈਂ ਸਪੈਸ਼ਲੀ ਆਇਆ। ਪਹਿਲਾਂ ਮੇਰਾ ਮਨ ਸੀਗਾ ਕਿ ਨਹੀਂ ਜਾਣਾ, ਫਿਰ ਮੇਰੇ ਮਨ 'ਚ ਰੱਬ ਨੇ ਪਾਇਆ। ਮੈਂ ਕਲੀਨਿਕ ਦੇ ਉੱਪਰ ਆਪਣੀ ਚਾਬੀ ਜਿਹੜੀ ਸੀਗੀ ਦੁਕਾਨ ਦੀ, ਕਲੀਨਿਕ ਦੀ, ਘਰ ਭੁੱਲ ਆਇਆ। ਉੱਦਾਂ ਮੈਂ ਦੁਕਾਨ ਉੱਪਰ ਆ ਗਿਆ ਸੀਗਾ ਰਸਤੇ 'ਚ ਚਾਬੀ ਲੈਣ ਵਾਸਤੇ। ਜਦੋਂ ਮੈਂ ਦੁਬਾਰਾ ਘਰ ਗਿਆ, ਮੈਂ ਕਿਹਾ ਦੁਕਾਨ 'ਤੇ ਨਹੀਂ ਜਾਣਾ, ਆਪਾਂ ਵੰਡੀ ਕਿਤੇ ਜਾਣਾ। ਜਦ ਮੈਂ ਆ ਕੇ ਇਸ ਚੀਜ਼ ਨੂੰ ਇੱਥੇ ਦੇਖਿਆ, ਪਰਮੇਸ਼ੁਰ ਦੇ ਅਭਿਸ਼ੇਕ ਨੂੰ ਤੁਹਾਡੇ ਉੱਤੇ ਦੇਖਿਆ, ਸੱਚਮੁੱਚ ਤੁਸੀਂ ਵਧਣ ਵਾਲੇ ਹੋ, ਹੋਰ ਵਧਣ ਵਾਲੇ ਹੋ, ਬਹੁਤ ਪਰਮੇਸ਼ੁਰ ਦੇ ਵਿੱਚ ਵਧਣ ਵਾਲੇ ਹੋ। ਪਰਮੇਸ਼ੁਰ ਦਾ ਅਭਿਸ਼ੇਕ ਤੁਹਾਡੇ ਵਿੱਚ ਆ। ਮੈਂ ਆ ਕੇ ਇਸ ਜਗ੍ਹਾ 'ਤੇ ਇਸ ਚੀਜ਼ ਨੂੰ ਮਹਿਸੂਸ ਕੀਤਾ। ਜਦ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ, ਰਸੂਲਾਂ ਦੇ ਕਰਤੱਬ 12 ਅਧਿਆਏ 'ਚ ਦੇਖਦੇ ਹਾਂ, ਤੁਸੀਂ ਅਕਸਰ ਵਚਨ ਨੂੰ ਸੁਣਿਆ। ਪਤਰਸ ਜਿਹੜਾ ਸੀਗਾ ਪਰਮੇਸ਼ੁਰ ਦੇ ਨਾਲ, ਯਿਸੂ ਮਸੀਹ ਦੇ ਨਾਲ ਚੱਲਣ ਵਾਲਾ ਸੀਗਾ, ਉਹ ਹਰ ਕੰਮ ਜਦੋਂ ਵੀ ਦੇਖਦਾ ਸੀਗਾ, ਬਹੁਤ ਹੀ ਜ਼ਿਆਦਾ ਕੀ ਕਰਦਾ ਸੀਗਾ, ਕਾਹਲੀ ਕਰਦਾ ਸੀਗਾ। ਪਰ ਇੱਕ ਸਮਾਂ ਇਹੋ ਜਿਹਾ ਹੈ ਜਦੋਂ ਯਿਸੂ ਮਸੀਹ ਨੇ ਉਹਨੂੰ ਇਹ ਗੱਲ ਕਹਿ ਦਿੱਤੀ ਕਿ ਮੈਂ ਤੈਨੂੰ ਕੀ ਬਣਾਵਾਂਗਾ, ਚਟਾਨ ਬਣਾਵਾਂਗਾ, ਤੇਰੇ ਉੱਤੇ ਇੱਕ ਕਲੀਸਿਆ ਨੂੰ ਕੀ ਕਰਾਂਗਾ, ਖੜਾ ਕਰਾਂਗਾ। ਉਸ ਸਮੇਂ ਜਦੋਂ ਪਤਰਸ ਦੇ ਉੱਤੇ ਹੈਰੋਦੀਸ ਰਾਜਾ ਨੇ ਉਹਨੂੰ ਬੰਦੀ ਗ੍ਰਹਿ ਵਿੱਚ ਪਾਇਆ, ਉਸ ਸਮੇਂ ਕੀ ਹੋ ਰਿਹਾ ਸੀਗਾ, ਕਲੀਸਿਆ ਉਹਦੇ ਵਾਸਤੇ ਲਗਾਤਾਰ ਕੀ ਕਰ ਰਹੀ ਸੀਗੀ, ਦੁਆ ਕਰ ਰਹੀ ਸੀਗੀ। ਮੈਂ ਅੱਜ ਇਸ ਚੀਜ਼ ਨੂੰ ਫੀਲ ਕੀਤਾ, ਮੈਂ ਇਸ ਜਗ੍ਹਾ 'ਤੇ ਆਇਆ ਵਾਂ, ਮੈਂ ਇੱਥੋਂ ਅੱਜ ਕੁਛ ਲੈ ਕੇ ਜਾ ਰਿਹਾ ਵਾਂ। ਤੁਹਾਡੇ ਕੋਲ ਰੱਬ ਦੇ ਦਾਸ ਜਿਹੜੇ ਰੱਬ ਨੇ ਤੁਹਾਨੂੰ ਦਿੱਤੇ, ਬਹੁਤ ਅਭਿਸ਼ੇਕ ਦਾਸ ਨੇ, ਉਹਨਾਂ ਦੇ ਬੇਟੇ ਵੀ ਜਿਹੜੇ ਨੇ ਉਹ ਬਹੁਤ ਅਭਿਸ਼ੇਕ ਦਾਸ ਨੇ। ਰੱਬ ਨੇ ਇਹਨਾਂ ਉੱਤੇ ਬਹੁਤ ਜਿਹੜੀ ਉਹ ਕਿਰਪਾ ਕੀਤੀ ਆ। ਮੈਂ ਦੇਖ ਰਿਹਾ ਕਿ ਪਰਮੇਸ਼ੁਰ ਦੀ ਸ਼ਕਤੀ ਔਰ ਪਰਮੇਸ਼ੁਰ ਦਾ ਨੂਰ ਜਿਹੜਾ ਇਸ ਜਗ੍ਹਾ 'ਤੇ ਕੀ ਆ, ਹਾਜ਼ਰ ਆ ਔਰ ਕੰਮ ਕਰ ਰਿਹਾ ਵਾ ਔਰ ਕਰੇਗਾ। ਜਦ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ, ਜਦੋਂ ਪਤਰਸ ਬੰਦੀ ਗ੍ਰਹਿ ਦੇ ਵਿੱਚ ਸੀ ਅਤੇ ਕਲੀਸਿਆ ਕੀ ਕਰ ਰਹੀ ਸੀਗੀ, ਪ੍ਰਾਰਥਨਾ ਕਰ ਰਹੀ ਸੀ, ਉਹ ਲਗਾਤਾਰ ਪ੍ਰਾਰਥਨਾ ਕਰ ਰਹੀ ਸੀ। ਪਤਰਸ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਸੁੱਤਾ ਪਿਆ ਸੀਗਾ, ਉਹਨੂੰ ਕਿਸੇ ਗੱਲ ਦੀ ਵੀ ਕੋਈ ਵੀ ਚਿੰਤਾ ਨਹੀਂ ਸੀ। ਕਿਉਂ ਨਹੀਂ ਚਿੰਤਾ ਸੀਗੀ, ਉਹਨੂੰ ਪਤਾ ਸੀਗਾ ਕਿ ਮੇਰੇ ਪਿੱਛੇ ਕਿਸੇ ਦਾ ਹੱਥ ਹੈਗਾ ਵਾ, ਯਿਸੂ ਮਸੀਹ ਦਾ ਹੱਥ ਤਾਂ ਹੈਗਾ ਸੀਗਾ, ਨਾਲ ਕਲੀਸਿਆ ਦੀ ਕੀ ਸੀਗੀ, ਪ੍ਰਾਰਥਨਾ ਸੀਗੀ। ਅੱਜ ਪ੍ਰਾਰਥਨਾ ਜਿਹੜੀ ਆ ਬਹੁਤ ਕੁਛ ਕਰ ਸਕਦੀ ਆ, ਪ੍ਰਾਰਥਨਾ ਜਿਹੜੀ ਆ ਤੁਹਾਡੀਆਂ ਜ਼ਿੰਦਗੀਆਂ 'ਚ ਰੰਗ ਲਿਆ ਸਕਦੀ ਆ, ਪ੍ਰਾਰਥਨਾ ਤੁਹਾਡੇ ਬੱਚਿਆਂ ਦੇ ਵਿੱਚ ਉਹ ਚੀਜ਼ ਨੂੰ ਲਿਆ ਸਕਦੀ ਹੈ ਜਿਹੜੀ ਅੱਜ ਤੱਕ ਤੁਸੀਂ ਦੇਖ ਨਹੀਂ ਪਾਏ। ਔਰ ਤੁਸੀਂ ਮਹਿਸੂਸ ਕਰੋਗੇ ਯਿਸੂ ਦੇ ਨਾਂ ਵਿੱਚ, ਜੇ ਤੁਸੀਂ ਲਗਾਤਾਰ ਪ੍ਰਾਰਥਨਾ ਕਰਦੇ ਹੋ ਆਪਣੇ ਬੱਚਿਆਂ ਦੇ ਲਈ, ਆਪਣੇ ਘਰਾਣੇ ਦੇ ਲਈ। ਜਦੋਂ ਪਤਰਸ ਬੰਦੀ ਗ੍ਰਹਿ ਦੇ ਵਿੱਚ ਸੀਗਾ, ਜਦੋਂ ਉਹਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਸੀਗੀ, ਦੂਤ ਉਹਦੇ ਕੋਲ ਉਸ ਬੰਦੀ ਗ੍ਰਹਿ ਦੇ ਵਿੱਚ ਆਇਆ, ਔਰ ਪਤਰਸ ਕੀ ਸੀਗਾ, ਸੁੱਤਾ ਪਿਆ ਸੀਗਾ, ਔਰ ਉਸਨੇ ਉਹਦੀ ਵੱਖੀ ਉੱਤੇ ਹੱਥ ਲਾ ਕੇ ਉਹਨੂੰ ਕਿਹਾ, ਉੱਠ ਔਰ ਆਪਣੀ ਕਮਰ ਨੂੰ ਕੀ ਕਰ, ਕੱਸ। ਉਹਨੇ ਉਸੇ ਤਰ੍ਹਾਂ ਕੀਤਾ, ਜਦੋਂ ਆਪਣੀ ਕਮਰ ਨੂੰ ਕੱਸਿਆ ਔਰ ਚੌਵਾਂ ਪੈਰਾਂ ਦੇ ਵਿੱਚੋਂ ਪਤਰਸ ਨੂੰ ਦੂਤ ਬਾਹਰ ਲੈ ਕੇ ਕੀ ਗਿਆ, ਬਾਹਰ ਲੈ ਗਿਆ। ਔਰ ਜਦ ਬਾਹਰ ਜਾ ਕੇ ਦੇਖਦਾ, ਜਦੋਂ ਬਾਹਰ ਸਾਰੇ ਪੈਰਾਂ ਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਆ, ਪਤਰਸ ਹੋਸ਼ ਵਿੱਚ ਆਉਂਦਾ। ਪਹਿਲਾਂ ਉਹ ਦੇਖਦਾ ਕਿ ਮੈਂ ਸੁਪਨਾ ਤਾਂ ਨਹੀਂ ਲੈ ਰਿਹਾ, ਉਹ ਇਹ ਮਹਿਸੂਸ ਕਰ ਰਿਹਾ ਸੀਗਾ ਕਿ ਮੈਂ ਕੀ ਲੈ ਰਿਹਾ ਵਾਂ, ਸੁਪਨਾ ਲੈ ਰਿਹਾ। ਜਦੋਂ ਦੂਤ ਉਹਦੇ ਕੋਲੋਂ ਗਿਆ, ਉਹਨੇ ਸੱਚਮੁੱਚ ਜਾਣ ਲਿਆ ਕਿ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਕੀ ਕੀਤਾ, ਬਾਹਰ ਲਿਆਂਦਾ। ਅੱਜ ਪ੍ਰਾਰਥਨਾ ਤੁਹਾਡੀਆਂ ਹਰ ਸਮੱਸਿਆ ਦਾ ਹੱਲ ਕਰ ਸਕਦੀ ਆ, ਅਗਰ ਤੁਸੀਂ ਲਗਾਤਾਰ ਪ੍ਰਾਰਥਨਾ ਦੇ ਨਾਲ ਜੁੜੇ ਰਹਿੰਦੇ ਹੋ ਔਰ ਪਰਮੇਸ਼ੁਰ ਦੀ ਉਸ ਮਹਾਨ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਵੇਖੋਗੇ। ਜਿਸ ਤਰ੍ਹਾਂ ਪਤਰਸ ਨੂੰ ਜੇਲ੍ਹ ਦੇ ਵਿੱਚੋਂ ਆਜ਼ਾਦ ਕੀਤਾ, ਇਸੇ ਤਰ੍ਹਾਂ ਪਰਮੇਸ਼ੁਰ ਸਾਨੂੰ ਸਾਡੀਆਂ ਮੁਸ਼ਕਲਾਂ ਤੋਂ ਆਜ਼ਾਦ ਕਰੇਗਾ। ਅਗਰ ਸੱਚਮੁੱਚ ਤੁਸੀਂ ਜਿੰਦਾ ਪਰਮੇਸ਼ੁਰ ਦੇ ਜਿੰਦਾ ਨਾਮ ਦੀ ਗਵਾਹੀ ਦਿਓਗੇ, ਜੋ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਹੁੰਦਾ। ਆਪਾਂ ਛੋਟੀਆਂ ਛੋਟੀਆਂ ਗੱਲਾਂ ਵੀ ਜਿਹੜੀਆਂ ਪਰਮੇਸ਼ੁਰ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ, ਅਸੀਂ ਲੁਕਾ ਲੈਂਦੇ ਹਾਂ। ਅਗਰ ਜੇ ਤੁਸੀਂ ਉਸਦੇ ਜਿੰਦਾ ਨਾਮ ਦੀ ਗਵਾਹੀ ਦਿੰਦੇ ਹੋ, ਜੇ ਤੁਸੀਂ ਪਰਮੇਸ਼ੁਰ ਦੇ ਵਚਨ ਨੂੰ ਸੁਣ ਕੇ ਆਪਣੇ ਜੀਵਨ 'ਤੇ ਲਾਗੂ ਕਰਦੇ ਹੋ, ਪਰਮੇਸ਼ੁਰ ਤੁਹਾਡੀਆਂ ਜ਼ਿੰਦਗੀਆਂ ਨੂੰ ਖੁਸ਼ੀਆਂ ਦੇ ਨਾਲ ਭਰ ਦੇਗਾ। ਪਰਮੇਸ਼ੁਰ ਦੇ ਦੱਸੇ ਗਏ ਵਚਨ 'ਤੇ ਜੋ ਮੈਂ ਤੁਹਾਨੂੰ ਦੱਸਿਆ, ਆਸ਼ੀਸ਼ ਹੋਵੇ ਸਾਰਿਆਂ ਨੂੰ। ਜੈ ਸ਼੍ਰੀ ਸਿਰਫ ਆਪਾਂ 10 ਮਿੰਟ ਦਾ ਜਿਹੜਾ ਛੋਟਾ ਜਿਹਾ ਵਚਨ ਕਰਨਾ, ਉਹਦੇ ਉੱਪਰ ਆਪਾਂ ਕੀ ਕਰਦੇ ਹਾਂ, ਗੌਰ ਕਰਦੇ ਹਾਂ। ਉਪਦੇਸ਼ਕ ਦੀ ਪੋਥੀ ਉਹਦਾ 7 ਅਧਿਆਏ, ਉਹਦੀ 1 ਆਈ ਤੋਂ ਲੈ ਕੇ 10 ਆਈ ਤੱਕ। ਉਪਦੇਸ਼ਕ ਦੀ ਪੋਥੀ 7 ਅਧਿਆਏ 1 ਤੋਂ 10 ਤੱਕ
ਅੱਜ ਦਾ ਮੇਨ ਥੀਮ ਹੈਗਾ ਵਾ ਬੁੱਧੀ ਅਤੇ ਮੂਰਖਤਾਈ। ਅੱਜ ਦਾ ਮੇਨ ਥੀਮ ਕੀ ਹੈ? ਬੁੱਧੀ ਅਤੇ ਮੂਰਖਤਾਈ। ਉਪਦੇਸ਼ਕ ਦੀ ਪੋਥੀ 7 ਅਧਿਆਏ 1 ਤੋਂ 10 ਤੱਕ। ਜਿਉਣ ਦੇ ਨਾਲੋਂ ਜੰਮਣ ਦੇ ਨਾਲੋਂ ਮਰਨ ਦਾ ਦਿਨ ਕੀ ਹੈ? ਇੱਕ ਚੰਗਾ ਹੈ। ਜਿਉਣਾ ਝੂਠ ਹੈ ਅਤੇ ਮਰਨਾ ਕੀ ਹੈ? ਸੱਚ ਹੈ। ਜੇਕਰ ਅਸੀਂ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਦੇ ਹਾਂ, ਜੇਕਰ ਯੱਸੂ ਦੇ ਉੱਪਰ ਵਿਸ਼ਵਾਸ ਕਰਦੇ ਹਾਂ, ਉਹ ਸਾਨੂੰ ਸਾਰੀਆਂ ਚੀਜ਼ਾਂ ਦਿੰਦਾ। ਜਦੋਂ ਘਰ ਦੇ ਵਿੱਚ ਬੇਟਾ ਜਾਂ ਬੇਟੀ ਪੈਦਾ ਹੋਵੇ ਤਾਂ ਅਸੀਂ ਚਾਚਿਆਂ ਤਾਇਆਂ ਨੂੰ ਫੋਨ ਕਰਦੇ ਹਾਂ, ਨਾਨਕਿਆਂ ਨੂੰ ਫੋਨ ਕਰਦੇ ਹਾਂ, ਭੂਆ ਨੂੰ ਫੋਨ ਕਰਦੇ, ਪਰ ਜਦੋਂ ਉਹ ਵਸਤੂ ਸਾਡੇ ਕੋਲੋਂ ਲੈਣਾ ਚਾਹੁੰਦਾ ਆ ਤਾਂ ਉਦੋਂ ਅਸੀਂ ਕੀ ਕਰਦੇ ਨੇ? ਰੋਣਾ ਚਾਲੂ ਕਰ ਦਿੰਦੇ। ਯਕੂਬ 4:10 ਵਿੱਚ ਪੜ੍ਹੀਏ, ਆਪਣੇ ਆਪ ਨੂੰ ਕੀ ਕਰੋ? ਨਮਨ ਕਰੋ ਅਤੇ ਨੀਵਾਂ ਕਰੋ। ਸਿਰਾਜ ਦੀ ਕਿਤਾਬ ਪੜ੍ਹੋਗੇ, ਉੱਥੇ ਲਿਖਿਆ ਕਿ ਸਮੇਂ ਦੇ ਨਾਲ ਸਾਨੂੰ ਕੀ ਦੇਣਾ ਚਾਹੀਦਾ ਵਾ? ਉੱਤਰ ਦੇਣਾ ਚਾਹੀਦਾ। ਪਰਮੇਸ਼ਵਰ ਦੇ 4 ਭਰਾ ਸੀ, ਕਿਹੜੇ ਸੀ? 4 ਭਰਾ ਸੀ, ਕਿਹੜੇ ਸੀ? ਸਮਾਉਨ, ਪਤਰਸ, ਯਕੂਬ, ਯਹੋਦਾ। 4 ਭਰਾ ਸੀ ਪਰਮੇਸ਼ਵਰ ਦੇ। ਜੇਕਰ ਅਸੀਂ ਪਰਮੇਸ਼ਵਰ ਦਾ ਗਿਆਨ ਰੱਖਾਂਗੇ, ਜੇਕਰ ਅਸੀਂ ਪ੍ਰਭੂ ਦਾ ਗਿਆਨ ਰੱਖਾਂਗੇ ਤਾਂ ਦੁਨੀਆ ਦੀ ਧਨ ਦੌਲਤ ਕੀ ਹੈ? ਸਾਡੇ ਪਿੱਛੇ ਪੈ ਕੇ ਦੌੜੇਗੀ, ਸਾਡੇ ਪਿੱਛੇ ਪੈ ਕੇ ਕਰੇਗੀ, ਦੌੜੇਗੀ। ਬਚਨ ਵਿੱਚ ਨਾ ਤੁਹਾਡਾ ਗੋਡਾ ਅਤੇ ਨਾ ਤੁਹਾਡੀ ਜੀਭ ਗੁੰਗਿਆ ਜੋ। ਬੜੇ ਗੌਰ ਦੇ ਨਾਲ ਸੁਣਨਾ। ਹਲੇਲੂਯਾ। ਇੱਥੇ ਲਿਖਿਆ ਜਦ ਤੂੰ ਬੰਦੀ ਵਿੱਚ ਬੰਨ ਕੇ ਚੌਕਸੀ ਦੇ ਨਾਲ ਸੁਣ, ਕਹਿੰਦਾ ਜੈ ਨਾ ਹੋਵੇ ਸ਼ੈਤਾਨ ਤੁਹਾਡੇ ਕੋਲ ਚੁਰਾ ਕੇ ਲੈ ਜਾਵੇ। ਖਾਲੀ ਜੀ ਖਾਲੀ ਦੁੱਧ ਜੋ ਹਲੇ ਜੀ ਆ ਜਾਗੋ। ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਵਧਣਾ ਚਾਹੁੰਦੇ ਹਾਂ, ਸਾਡੇ ਅਸੂਲ ਜਿਹੜੇ ਨੇ ਉਹ ਬਿਲਕੁਲ ਹੀ ਆਪਣੇ ਹੱਥ ਦੇ ਵਿੱਚ ਹੋਣ। ਆਪਣੀ ਇੱਜ਼ਤ ਕੀ ਆ? ਆਪਣੇ ਹੱਥ ਦੇ ਵਿੱਚ ਹੈ। ਉਹ ਤੁਹਾਨੂੰ ਰਾਤੀ ਬੱਚਨ ਦੱਸਿਆ ਕਿ ਆਪਣੀ ਮਸ਼ੀਨਰੀ ਜੇ ਅਸੀਂ ਆਪ ਖੁਦ ਜ਼ਿੰਮੇਵਾਰ ਹੁੰਦੇ ਹਾਂ, ਜਦੋਂ ਅਸੀਂ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ ਕਿ ਇਹ ਮਸ਼ੀਨਰੀ ਇੱਥੇ ਲੱਗੀ ਹੋਈ ਹੈ। ਆਪਣੀ ਇੱਜ਼ਤ ਆਪਣੀ ਮਸ਼ੀਨਰੀ ਹੈ। ਜੇਕਰ ਸਾਡਾ ਗਿਆਨ ਨਹੀਂ, ਜੇਕਰ ਸਾਡੀ ਬੋਧੀ ਨਹੀਂ ਹੈ ਤਾਂ ਬਚਨ ਪੜ੍ਹਨ ਦਾ ਕੋਈ ਵੀ ਫਾਇਦਾ ਨਹੀਂ ਹੈ। ਅਸੀਂ ਵਰਤ ਰੱਖਦੇ ਅੱਜ ਕੱਲ੍ਹ ਦੇ ਦਾਸ, ਮੈਨੂੰ ਅਧਿਕਾਰ ਨਹੀਂ ਕਿਸੇ ਦੇ ਉੱਪਰ ਉਂਗਲ ਉਠਾਉਣ ਦਾ। ਅੱਜ ਕੱਲ੍ਹ ਦੇ ਦਾਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਰਤ ਰੱਖੋ, ਇਹ ਨਹੀਂ ਦੱਸਦੇ ਕਿ ਵਰਤ ਹੈ ਕਿੰਨੇ ਪ੍ਰਕਾਰ ਦੇ। 4 ਪ੍ਰਕਾਰ ਦੇ ਵਰਤ ਨੇ, ਸਧਾਰਨ ਵਰਤ, ਪੂਰਨ ਵਰਤ, ਅਪੂਰਨ ਵਰਤ ਅਤੇ ਇਕਾਤ ਵਰਤ। 4 ਪ੍ਰਕਾਰ ਦੇ ਵਰਤ ਨੇ, ਫਾਸਟਿੰਗ ਨੇ। ਬਾਅਦ ਵਿੱਚ ਦਾਸ ਕਹਿੰਦੇ ਨੇ ਬਾਈਬਲ ਪੜ੍ਹਿਆ ਕਰੋ, ਉਹ ਇਹ ਨਹੀਂ ਦੱਸਦੇ ਵੀ ਇਹਦੇ ਉੱਪਰ ਅਮਲ ਵੀ ਕਰਿਆ ਕਰੋ, ਨਿਹਰਾ ਪੜ੍ਹਨ ਨਾਲ ਕੁਛ ਨਹੀਂ ਬਣਨਾ। ਫਿਰ ਅਸੀਂ ਇਹਨੂੰ ਉਸ ਤਰ੍ਹਾਂ ਪੜ੍ਹਦੇ ਹਾਂ ਜਿਸ ਤਰ੍ਹਾਂ ਇੱਕ ਲਾਇਬ੍ਰੇਰੀ ਦੀ ਕਿਤਾਬ ਨੂੰ ਪੜ੍ਹਦੇ ਹਾਂ। ਜੇਕਰ ਇਸ ਬਾਈਬਲ ਨੂੰ ਪੜ੍ਹਨਾ ਵਾ ਤਾਂ ਇਹਦੇ ਉੱਪਰ ਆਪਾਂ ਕੀ ਕਰਨਾ ਵਾ? ਅਮਲ ਕਰਨਾ। ਇਬਰਾਨੀਆਂ 1 ਅਧਿਆਏ ਪੜ੍ਹੋਗੇ ਨਾ, ਉਹਦੇ ਵਿੱਚ ਸ਼੍ਰੀ ਵਾਹਿਗੁਰੂ ਦਾ ਜ਼ਿਕਰ ਹੁੰਦਾ। ਇਬਰਾਨੀਆਂ 1 ਅਧਿਆਏ ਪੜ੍ਹੋਗੇ, ਉਹਦੇ ਵਿੱਚ ਕੀ ਹੁੰਦਾ ਵਾ? ਵਾਹਿਗੁਰੂ ਦਾ ਜ਼ਿਕਰ ਹੁੰਦਾ ਹੈ। ਪਰਮੇਸ਼ਵਰ ਸ਼੍ਰੀ ਵਾਹਿਗੁਰੂ ਦੇ ਜਾ ਕੇ ਸੱਜੇ ਬੰਨੇ ਕੀ ਹੋਇਆ? ਰਾਜਮਾਨ ਹੋਇਆ। ਫਿਰ ਕਿਹਾ ਗਿਆ ਕਿ ਤੂੰ ਦੂਤਾਂ ਨਾਲੋਂ ਕੀ ਆ? ਉੱਤਮ ਆ। ਤੈਨੂੰ ਅੱਜ ਮੈਂ ਸਾਜਿਆ ਵਾ। ਪਾਣੀ ਦਾ ਕਰਮ ਕੀ ਆ? ਪਿਆਸ ਬੁਝਾਉਣਾ। ਪਾਣੀ ਦਾ ਕਰਮ ਕੀ ਆ? ਪਿਆਸ ਬੁਝਾਉਣਾ। ਉਹਨੂੰ ਅਸੀਂ ਵਾਟਰ ਕਹਿ ਲੈਂਦੇ ਹਾਂ, ਜਲ ਕਹਿ ਲੈਂਦੇ ਹਾਂ, ਹਿੰਦੀ ਜਵਾਨੀ ਕਹਿ ਲੈਂਦੇ ਹਾਂ। ਉਹਦਾ ਕਰਮ ਕੀ? ਪਿਆਸ ਬੁਝਾਉਣਾ। ਨਾਨਕ ਕਹਿ ਲਵੋ, ਰਾਮ ਕਹਿ ਲਵੋ, ਅੱਲਾ ਕਹਿ ਲਵੋ, ਜੀਸਸ ਕਹਿ ਲਵੋ, ਉਹਦਾ ਕੀ ਕੰਮ ਆ? ਸ਼ਿਫਾ ਦੇਣਾ। ਪਾਣੀ ਵੀ ਅੱਕਿਆ, ਵਾਟਰ ਕਹਿ ਲੈਂਦੇ, ਜਲ ਕਹਿ ਲੈਂਦੇ, ਯੱਸੂ ਵੀ ਅੱਕਿਆ, ਨਾਨਕ ਕਹਿ ਲੈਂਦੇ, ਰਾਮ ਕਹਿ ਲੈਂਦੇ, ਅੱਲਾ ਕਹਿ ਲੈਂਦੇ। ਜੇਕਰ ਸਾਡੇ ਵਿੱਚ ਗਿਆਨ ਨਹੀਂ, ਜੇਕਰ ਸਾਡੇ ਵਿੱਚ ਵੱਧ ਤੋਂ ਵੱਧ ਡਿਸਿਪਲਨ ਨਹੀਂ ਤਾਂ ਪ੍ਰਾਰਥਨਾ ਕਰਨ ਦਾ, ਫਾਸਟਿੰਗ ਰੱਖਣ ਦਾ ਕੋਈ ਵੀ ਫਾਇਦਾ ਨਹੀਂ। ਪੜ੍ਹੋ। ਹਲੇ
झगड़ा होवे असी उस घर दे विच जांदे नहीं। जेकर असी उस घर दे विच जावांगे साडा फर्ज है उन्हां नूं हौसला तसल्ली देना सबक देना। असी उस इंसान नूं सगो चुकना चाहते हैं, वह कर देना सी जे कर देना सी उन्हूं हौसला तसल्ली सबक नहीं देंदे। हरेक नूं आपां की करना वा माफ़ करना है। जेकर असी किसी नूं अज माफ़ नहीं करते कल नूं सानूं भी कोई माफ़ नहीं करेगा। हालेलुया। ਸਾਨੂੰ ਕਿਸੇ ਨੇ ਵੀ ਮਾਫ਼ ਨਹੀਂ ਕਰਨਾ। ਦੁਖੀ ਲਾਚਾਰ ਬਿਮਾਰ, ਹੁਣ ਇੱਥੇ ਅਸੀਂ ਇੱਕ ਰੋਗੀ ਨੂੰ ਲੰਮੇ ਪਾ ਦੇਵਾਂਗੇ, ਉਹ ਬਿਮਾਰ ਹੋਊਗਾ, ਉਹਨੂੰ ਕੈਂਸਰ ਹੋਏਗੀ, ਏਡਸ ਹੋਏਗੀ, ਕੋਈ ਵੀ ਬਿਮਾਰੀ ਹੋਵੇਗੀ। 10 ਪਾਸਟਰ ਇਕੱਠੇ ਕਰ ਲਓ, 100 ਪਾਸਟਰ ਇਕੱਠਾ ਕਰ ਲਓ, ਪ੍ਰਾਰਥਨਾ ਕਰੀ ਜਾਵੇਗਾ, ਉਹ ਰੋਗੀ ਚੰਗਾ ਨਹੀਂ ਹੋਵੇਗਾ। ਕਿਉਂ ਨਹੀਂ ਚੰਗਾ ਹੋਵੇਗਾ? ਜੇਕਰ ਉਹਦਾ ਵਿਸ਼ਵਾਸ ਨਹੀਂ ਹੈ। 100 ਪਾਸਟਰ ਇਕੱਠਾ ਕਰ ਲਓ, 100,000 ਪਾਸਟਰ ਇਕੱਠਾ ਕਰ ਲਓ, ਉਹ ਇੱਕ ਰੋਗੀ ਨੂੰ ਚੰਗਾ ਨਹੀਂ ਕਰ ਸਕਦਾ ਕਿਉਂਕਿ ਉਹਦਾ ਵਿਸ਼ਵਾਸ ਨਹੀਂ ਹੈ। ਜੇਕਰ ਅਗਲੇ ਰੋਗੀ ਦਾ ਵਿਸ਼ਵਾਸ ਹੋਵੇਗਾ ਕਿ ਹਾਂ ਯਸੂ ਖੁਦਾ ਮੈਨੂੰ ਚੰਗਾ ਕਰੇਗਾ ਤਾਂ ਪਾਸਟਰ ਬੁਲਾਉਣ ਦੀ ਕੋਈ ਵੀ ਲੋੜ ਨਹੀਂ ਹੈ। ਇਸ ਕਰਕੇ ਸੁਚੇਤ ਹੋਣਾ ਬਹੁਤ ਹੀ ਜ਼ਿਆਦਾ ਕੀ ਹੈ ਜ਼ਰੂਰੀ ਹੈ।